ਫਤਿਹ ਕਿਹੜੀ ਚੀਜ਼ ਹੋਈ ਆ? ਨਸ਼ਿਆਂ ਦਾ ਬੋਲਬਾਲਾ ਉਸੇ ਤਰ੍ਹਾਂ ਪੱਟੀ ਹਲਕੇ ਦੇ ਵਿੱਚ, ਖਾਸ ਕਰਕੇ ਨਾਲ ਲੁੱਟਾਂ ਖੋਹਾਂ, ਡਕੈਤੀਆਂ, ਕਤਲ ਇਹ ਵੱਡੀ ਪੱਧਰ 'ਤੇ ਹੋ ਰਹੇ ਆ। ਮਾਈਨਿੰਗ ਜਿਹੜੀ ਆ ਉਹ ਵੱਡੀ ਪੱਧਰ 'ਤੇ ਲੁੱਟ ਦਾ ਸਾਧਨ, ਰੇਤਾ ਦਾ ਬਣਿਆ ਹੋਇਆ ਵਾ। ਮਤਲਬ ਕਿੰਨਿਆਂ ਕਿਸਾਨਾਂ ਦੇ ਕਰਜ਼ੇ ਮਾਫ਼ ਹੋਏ ਆ ਜਾਂ ਕਿੰਨਿਆਂ ਨੂੰ ਨੌਕਰੀ ਮਿਲ ਗਈ ਆ, ਰੁਜ਼ਗਾਰ ਮੇਲੇ ਨਾਂ ਦੇ ਨਾਂ 'ਤੇ ਤਮਾਸ਼ੇ ਕੀਤੇ ਜਾ ਰਹੇ ਆ। ਇਹ ਸਾਨੂੰ ਇਹ ਚੀਜ਼ਾਂ ਵਾਰਾਂ ਨਹੀਂ ਖਾਂਦੀਆਂ। ਅਸੀਂ ਕਹਿੰਦੇ ਹਾਂ ਵੀ ਸੱਚੀ ਮੁੱਚੀ ਲੋਕਾਂ ਦੀ 2000 ਰੁਪਇਆ ਪੈਨਸ਼ਨ ਲਾ ਕੇ ਆਉਣ, 2500 ਰੁਪਇਆ ਬੇਰੁਜ਼ਗਾਰੀ ਭੱਤਾ ਲੈ ਕੇ ਆਉਣ, ਸਮੁੱਚਾ ਕਰਜ਼ਾ ਮਾਫ਼ ਕਰਕੇ ਆਉਣ, ਅਤੇ ਅਸੀਂ ਫਤਿਹ ਦਿਵਸ ਨੂੰ ਜਿਹੜਾ ਵੈਲਕਮ ਕਹਾਂਗੇ। ਇੱਥੇ ਹਾਲਤ ਹੀ ਹੋਈ ਪਈ ਆ, ਖਾਸ ਕਰਕੇ ਪੱਟੀ ਹਲਕੇ ਦੇ ਵਿੱਚ, ਵੀ ਸਕੂਲਾਂ ਦੇ ਵਿੱਚ ਕਿਤੇ ਟੀਚਰ ਨਹੀਂ। ਜਿੱਥੇ 36-36 ਪੋਸਟਾਂ ਵਾ ਸਕੂਲਾਂ ਦੀਆਂ ਟੀਚਰਾਂ ਦੀਆਂ, ਉੱਥੇ 10-10, 12-12 ਟੀਚਰ ਜਿਹੜੇ ਟਾਈਮ ਸਾਰ ਰਹੇ ਆ। ਪੱਟੀ ਹਸਪਤਾਲ ਦੀਆਂ ਡਾਕਟਰਾਂ ਦੀਆਂ 40 ਪੋਸਟਾਂ ਵਾ, ਜਿੱਥੇ 2 ਡਾਕਟਰ ਜਿਹੜੇ ਨਾਈਟ ਡਿਊਟੀ ਲਾ ਕੇ ਚਲੇ ਜਾਂਦੇ ਆ, ਅਤੇ ਉਸ ਤੋਂ ਬਾਅਦ ਕੋਈ ਪੁੱਛਣ ਪਛਾਉਣ ਵਾਲਾ ਨਹੀਂ। ਇਸ ਕਰਕੇ ਇਹ ਜੋ ਫਤਿਹ ਦਿਵਸ ਮਨਾਇਆ ਜਾ ਰਿਹਾ ਵਾ, ਇਹ ਇੱਕ ਮੈਂ ਜਿਹੀ ਢੌਂਕ ਕਹਾਂਗੇ, ਇਸ ਢੌਂਕ ਤੋਂ ਵੱਧ ਕੁਛ ਨਹੀਂ। ਜੇ ਸੱਚੀ ਮੁੱਚੀ ਲੋਕਾਂ ਦੀ ਬਾਂਹ ਨਾ ਫੜੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਜਾਗਰਤਾ ਆ ਰਹੀ ਆ ਉਹਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਲਾਮਬੰਦ ਹੋ ਕੇ ਸੜਕਾਂ 'ਤੇ ਆਉਣਗੇ, ਕਿਉਂਕਿ ਸਰਕਾਰ ਦੀ ਕਾਰਗੁਜ਼ਾਰੀ ਅੱਜ ਦੇ ਦਿਨ ਤੱਕ ਬਿਲਕੁਲ ਜ਼ੀਰੋ ਆ, ਕੋਈ ਕਾਰਗੁਜ਼ਾਰੀ ਨਹੀਂ। ਹਾਂ, ਇੱਕ ਤੋਹਫ਼ਾ ਜ਼ਰੂਰ ਦੇ ਰਹੇ ਆ, ਜਿਹਨੂੰ ਇਹ ਫਤਿਹ ਦਿਵਸ ਦਾ ਨਾਮ ਵੀ ਦੇ ਲੈਣ, ਵੀ ਬੰਬੀਆਂ ਦੇ ਉੱਤੇ ਬਿੱਲ ਲਾ ਕੇ, ਮੀਟਰ ਲਾ ਕੇ ਬਿੱਲ ਲਾਉਣ ਦੀ ਜਿਹੜੀ ਤਿਆਰੀ ਆ ਉਹ ਤੋਹਫ਼ਾ ਦੇ ਰਹੇ ਆ। ਇੱਕ ਕੁਰਕੀਆਂ ਲਾਮੀਆਂ ਜਿਹੜੀਆਂ ਵਾ ਉਹ ਧੜਾ ਧੜ ਬੈਂਕਾਂ ਦੀਆਂ ਆ ਰਹੀਆਂ ਵਾ, ਇਹ ਇੱਕ ਤੋਹਫ਼ਾ ਦਿਵਸ ਤਾਂ ਮਨਾ ਸਕਦੇ ਸੀ। ਫਤਿਹ ਦਿਵਸ ਦੇ ਨਾਂ ਦੇ ਉੱਤੇ ਜਿਹੜੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ, ਇਹਦੀ ਹੀ ਬਿਲਕੁਲ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਵੀ ਪੰਜਾਬ ਸਰਕਾਰ ਅਤੇ ਖਾਸ ਕਰਕੇ ਇੱਥੋਂ ਦੇ ਪੜ੍ਹੇ ਲਿਖੇ ਹਲਕਾ ਇੰਚਾਰਜ ਸੁਹਿਰਦਤਾ ਦੇ ਨਾਲ ਵਿਚਾਰ ਕਰਨ, ਆਪਣੇ ਚੋਣ ਮੈਨੀਫੈਸਟੋ ਨੂੰ ਦੁਬਾਰਾ ਕੱਢ ਕੇ ਪੜ੍ਹਨ ਵੀ ਵਾਅਦਾ ਕੀ ਅਤੇ ਅੱਜ ਤੱਕ ਕੀਤਾ ਕੀ ਆ। ਵਿੱਚ ਸੁਣ ਆਏ ਸਾਂ ਵੀ ਚੋਲ ਜੁਮਲਾ ਸੀ, ਕੋਈ ਵਾਅਦਾ ਨਹੀਂ ਅਤੇ ਕੋਈ ਵਫਾ ਨਹੀਂ ਹੋਣਾ। ਸਮਾਰਟਫੋਨ ਰਾਤ ਲਾ ਲਾ ਕੇ ਨੌਜਵਾਨਾਂ ਨੇ ਫਾਰਮ ਭਰਿਆ, ਸਮਾਰਟਫੋਨ ਜਿਹੜੇ ਉਹ ਮਿਲਣ ਦੀ ਜਿਹੜੀ ਉਹ ਝਾਕ ਛੱਡ ਦੇਣ। ਨਾ ਕੋਈ ਸਗਨ ਸਕੀਮ ਇੱਥੇ ਕਿਸੇ ਨੂੰ ਮਿਲ ਰਹੀ ਆ, 51,000 ਦੀ ਗੱਲ ਸੀ, ਮੈਂ ਕਹਿੰਦਾ 15 ਵੀ ਨਹੀਂ ਮਿਲ ਰਹੀ। ਜਿਹੜੀਆਂ ਕਣਕਾਂ ਵੰਡੀਆਂ ਜਾ ਰਹੀਆਂ ਵਾਂ ਜਾਂ ਛੋਲੇ ਵੰਡੇ ਜਾ ਰਹੇ ਆ ਉਹ ਵੀ ਆਪਣੀਆਂ ਸਹੂਲਤਾਂ ਨੂੰ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਪੈਨਸ਼ਨਾਂ ਸੀ ਉਹ ਕੱਟੀਆਂ ਗਈਆਂ ਵਾਂ, ਈਰਖਾ ਵੱਸ ਹੋ ਕੇ ਸਾਰਾ ਕੰਮ ਕੀਤਾ ਜਾ ਰਿਹਾ ਵਾ। ਇਹ ਇੱਥੇ ਮਤਲਬ ਸਰਕਾਰ ਦਾ ਅੱਜ ਤੱਕ ਪੂਰਾ ਹੋਇਆ, ਅਜੇ ਤੱਕ ਵੀ ਨਾ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਮਿਲੀ ਆ, ਨਾ ਹੀ ਕੋਈ ਵਿਕਾਸ ਹੋਇਆ, ਨਾ ਹੀ ਅੱਜ ਤੱਕ ਕਰਜ਼ੇ ਮਾਫ਼ ਹੋਏ। ਜੋ ਕਿਹਾ ਸੀ ਵੀ ਮੈਂ ਆੜ੍ਹਤੀਆਂ ਦੇ ਵੀ ਕਰਜ਼ੇ ਦਊਂਗਾ, ਸੁਸਾਇਟੀਆਂ ਦੇ ਵੀ ਦਊਂਗਾ, 100% ਕਰਜ਼ੇ ਮਾਫ਼ ਕਰੂੰਗਾ। ਕਿਸਾਨ ਉਸੇ ਤਾਂ ਵਾਅਦਾ ਲਈ ਫਿਰ ਰਿਹਾ, ਉਸੇ ਤਾਂ ਖੁਦਕੁਸ਼ੀਆਂ ਰੋਜ਼ ਦੀ ਕੋਈ ਨਾ ਕੋਈ ਨਿੱਤ ਦਿਨ ਚੜ੍ਹਦੇ ਕਿਸੇ ਨਾ ਕਿਸੇ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਆ ਜਾਂਦੀ, ਜੋ ਕਿ ਬਹੁਤ ਮੰਦਭਾਗੀ ਹੈ। ਅਤੇ ਜਿਹੜੇ ਵਿਕਾਸ ਦੀ ਗੱਲ ਆ, ਜੇ ਆਪਣੇ ਇਲਾਕੇ ਦੀ ਵੀ ਗੱਲ ਕਰ ਲਈਏ, ਅੱਜ ਤੱਕ ਤਾਂ ਕੋਈ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੋਇਆ। ਜੋ ਸਗੋਂ ਪਿਛਲੀ ਸਰਕਾਰ ਨੇ ਵਿਕਾਸ ਕੰਮ ਸ਼ੁਰੂ ਕੀਤੇ ਸੀ ਉਹ ਵੀ ਉਸ ਤਰ੍ਹਾਂ ਹੀ ਅਧੂਰੇ ਰਾਜ ਲਟਕੇ ਪਏ ਆ। ਅਤੇ ਜੇ ਕੋਈ ਸੜਕ ਬਣ ਰਹੀ ਤਾਂ ਉਹ ਵੀ ਸਾਰਿਆਂ ਨੂੰ ਪਤਾ ਵੀ ਇਹ ਸਰਦਾਰ ਦੇਸ਼ ਪ੍ਰਤਾਪ ਕਿਉਂ ਨਹੀਂ ਇਹ ਪਾਸ ਕਰਾਈਆਂ ਸੀ, ਉਹੀ ਕੰਮ ਚੱਲ, ਕੋਈ ਨਵਾਂ ਦਾ ਵਿਕਾਸ ਕੋਈ ਹੋਇਆ ਨਹੀਂ। ਜੇ ਕੋਈ ਆਦੇ ਕਿਸੇ ਵੀ ਆਮ ਆਦਮੀ ਤੋਂ ਪੁੱਛ ਲਓ, ਪੁੱਛ ਲਿਆ ਜਾਵੇ ਵੀ ਕੋਈ ਵਿਕਾਸ ਹੋਇਆ ਤਾਂ ਦੱਸ ਦਿਓ। ਜਿਹੜਾ ਕਿ ਜਿਹਨੂੰ ਹਾਲੇ ਸਿਆਸਤ ਦੀ ਸਮਝ ਵੀ ਨਾ ਹੋਵੇ ਤੇ ਉਹਨੂੰ ਵੀ ਪਤਾ ਪੁੱਛ ਲਓ ਜਾ ਵੀ ਕੋਈ ਇਹਨਾਂ ਚੋਣ ਵਾਲੇ ਕੋਈ ਇਹ ਆਪ ਹੀ ਦੱਸ ਦੇਣ ਕਿਹੜਾ ਚੋਣਾਂ ਦਾ ਪੂਰਾ ਹੋ ਗਿਆ, ਕਿੰਨੇ ਬੱਚੇ ਹੁਣ ਤੱਕ ਰੁਜ਼ਗਾਰ ਦੇ, ਕਿੰਨੀਆਂ ਸਰਕਾਰੀ ਨੌਕਰੀਆਂ ਮਿਲ ਗਈਆਂ। ਹਰ ਇੱਕ ਨੂੰ ਕਿਹਾ ਸੀਗਾ ਸਮਾਰਟਫੋਨ ਦੇਵਾਂਗੇ, 10ਵੀਂ ਪਾਸ ਨੂੰ ਹਰ ਇੱਕ ਨੂੰ ਹਰ ਘਰ ਇੱਕ ਨੌਕਰੀ ਦੇਵਾਂਗੇ, ਕਰਜ਼ੇ ਮਾਫ਼ ਕਰਾਂਗੇ, 2500 ਪੈਨਸ਼ਨ ਕਰਾਂਗੇ, 51,000 ਸਗਨ ਸਕੀਮ ਕਰਾਂਗੇ, ਕਿੰਨੇ ਹੀ ਵਾਅਦੇ, ਇੱਕ ਵਾਅਦਾ ਵੀ ਪੂਰਾ। ਨਾ ਹੀ ਕੋਈ ਬੇਰੁਜ਼ਗਾਰੀ ਖਤਮ ਹੋਈ ਅਤੇ ਨਿੱਤ ਦਿਨ ਪੱਟੀ ਦੇ ਵਿੱਚ ਕੋਈ ਲੁੱਟ ਖੋਹ ਜਾਂਦੀ ਆ, ਕਿਤੇ ਕਤਲ ਹੋ ਜਾਂਦੇ ਆ, ਕਿਤੇ ਗੋਲੀ ਚੱਲ ਜਾਂਦੀ ਆ, ਅਤੇ ਉਹ ਤੁਹਾਡੇ ਸਾਰਿਆਂ ਸਾਹਮਣੇ ਹੀ ਆ। ਵਪਾਰੀ ਵਰਗ ਨੇ
ਜੇ ਘਰੇ ਪੈਸੇ ਖੜੇ ਤਾਂ ਖੋਹ ਜਾਂਦੇ ਆ, ਜੇ ਦੁਕਾਨ ਤੱਕ ਤਾਂ ਖੋਹ ਜਾਂਦੇ ਆ, ਜੇ ਬੈਂਕ ਜਮ੍ਹਾਂ ਕਰਾਉਣ ਜਾਂਦਾ ਨਾਲ ਨੂੰ ਗੋਲੀ ਵੱਜੀ ਤਾਂ ਪੈਸੇ ਖੋਸ ਜਾਂਦੇ। ਇੱਕ ਵੀ ਮੈਨੀਫੈਸਟੋ ਦੇ ਵਿੱਚੋਂ ਇੱਕ ਵੀ ਇਹਨਾਂ ਦਾ ਵਾਅਦਾ ਜਿਹੜਾ ਹਾਲੇ ਤੱਕ ਪੂਰਾ ਨਹੀਂ ਹੋਇਆ, ਬੜੇ ਅਫਸੋਸ ਦੀ ਗੱਲ। ਗੁਟਕਾ ਸਾਹ ਫੜ ਕੇ ਹੱਥ ਸਹੁੰ ਖਾਧੀ, ਚੌਂ ਹਫ਼ਤਿਆਂ 'ਚ ਨਸ਼ਾ ਬੰਦ ਕਰ ਦਾਂਗੇ। ਹਰ ਦਿਨ ਜਿਹੜੀਆਂ ਮੌਤਾਂ ਉਹ ਨਸ਼ੇ ਨਾਲ ਹੋ ਰਹੀਆਂ, ਔਰ ਇੱਕ ਵੀ ਕੋਈ ਜਿੱਦਾਂ ਬੁਢਾਪਾ ਪੈਨਸ਼ਨ ਹੀ ਕਹਿੰਦੇ 2000 ਰੁਪਇਆ ਕਰ ਦਾਂਗੇ, ਉਹ ਵੀ ਨਹੀਂ। ਸ਼ਗਨ ਸਕੀਮ, ਨੌਜਵਾਨਾਂ ਨੂੰ ਮੋਬਾਈਲ, ਘਰ ਘਰ ਨੌਕਰੀ, ਕਰਜ਼ੇ ਦੇ ਕਹਿੰਦੇ ਇਹ ਸਾਰੇ ਹੀ ਲੀਕ ਹੀ ਮਾਰ ਦਾਂਗੇ। ਜਿਹੜਾ ਵੀ ਕੋਈ ਕਰਜ਼ਾ ਤੁਹਾਡਾ ਬੈਂਕ ਦਾ ਵਾ ਜਾਂ ਆੜ੍ਹਤੀਆਂ ਦਾ, ਕੋਈ ਇੱਕ ਵੀ ਵਾਅਦਾ ਜਿਹੜਾ ਉਹ ਕੈਪਟਨ ਸਰਕਾਰ ਨੇ ਪੂਰਾ ਨਹੀਂ। ਪੱਟੀ ਹਲਕੇ ਦੇ ਵਿੱਚ ਵਿਕਾਸ ਜਿਹੜਾ ਉਹ ਸਿਰਫ ਕਾਂਗਰਸੀਆਂ ਦਾ ਆਪਣਾ ਹੋਇਆ ਵਾ, ਹੋਰ ਸ਼ਹਿਰ ਦਾ ਜਾਂ ਹਲਕੇ ਦਾ ਕੋਈ ਵਿਕਾਸ ਨਹੀਂ ਹੋਇਆ। ਹਰ ਨਿੱਤ ਆਏ ਦਿਨ ਪੱਟੀ ਸ਼ਹਿਰ ਦੇ ਵਿੱਚ ਜਿਹੜੀਆਂ ਨਸ਼ੇ ਨਾਲ ਮੌਤਾਂ ਹੋ ਰਹੀਆਂ, ਅਤੇ ਸਾਡੇ ਆਮ ਜਿਹੜੇ ਆ ਕਾਂਗਰਸ ਦੇ ਆਪਣੇ ਪੱਟੀ ਤੋਂ MLA ਆ ਗਿੱਲ ਸਾਹਿਬ, ਉਹ ਹਰ ਰੋਜ਼ ਬਿਆਨ ਕਰਦੇ ਵੀ ਪੱਟੀ 'ਚ ਨਸ਼ਾ ਜਿਹੜਾ ਖਤਮ ਹੋ ਗਿਆ, ਗੁੰਡਾਗਰਦੀ ਖਤਮ ਹੋ ਗਈ ਆ। ਆਹ ਕੱਲ੍ਹ ਹੀ ਹਾਲੀ ਕੋਟ ਬੁੱਢੇ ਇੱਕ ਨੌਜਵਾਨ ਦੀ ਇੰਜੈਕਸ਼ਨ ਨਾਲ ਮੌਤ ਹੋਈ ਆ। ਪਿੱਛੇ ਸ਼ਰੇਆਮ ਸ਼ਹਿਰ ਦੇ ਵਿੱਚ ਵਪਾਰੀ ਅਜਿਤ ਕੁਮਾਰ ਜੈਨ ਜੀ ਦਾ ਜਿਹੜਾ ਕਤਲ ਹੋਇਆ, ਹਾਲੀ ਤੱਕ ਕਾਦਲ ਨਹੀਂ ਫੜੇ ਗਏ। ਉਸ ਤੋਂ ਆ ਕੱਲ੍ਹ ਪਰਸੋਂ ਦੀ ਹਾਲੀ ਗੱਲ ਆ ਵੀ ਸ਼ਹਿਰ ਦੇ ਵਿੱਚ ਇੱਕ ਦੁਕਾਨ ਦੇ ਉਹਦਾ ਉੱਪਰੋਂ ਛੱਤ ਤੋੜ ਕੇ ਅਤੇ ਕਾਫੀ ਸਮਾਨ ਜਿਹੜਾ ਲੈ ਗਿਆ। ਪੱਟੀ ਦੇ ਵਿੱਚ ਅਕਾਲੀ ਦਲ ਦੇ ਨਾਲੋਂ ਵੀ ਜਿਹੜੀ ਗੁੰਡਾਗਰਦੀ ਵੱਧ ਗਈ ਆ, ਨਸ਼ੇ ਵੱਧ ਗਿਆ, ਕੋਈ ਪੱਟੀ ਦੇ ਵਿੱਚ ਵਿਕਾਸ ਨਹੀਂ ਕੀਤਾ। ਸਿਰਫ ਇਹ ਮੈਨੂੰ ਤਾਂ ਕਹਿਣ ਲੱਗਿਆ ਬੜਾ ਦੁੱਖ ਆਉਂਦਾ ਵੀ ਕੀ ਕਾਹਦੇ ਇਹ ਕੇਕ ਕੱਟਦੇ ਆ, ਕਾਹਦੇ ਇਹ ਸੈਲੀਬ੍ਰੇਟ ਕਰਦੇ ਵੀ ਕੀ ਅਸੀਂ ਕੀਤਾ। ਅੱਜ ਗਰੀਬ ਜਿਹੜਾ ਉਹ ਹੌਸਪੀਟਲਾਂ ਦੇ ਵਿੱਚ ਤਰਫ ਰਿਹਾ, ਹੌਸਪੀਟਲਾਂ ਦੇ ਵਿੱਚ ਕੋਈ ਸੁੱਖ ਸੁਵਿਧਾ ਨਹੀਂ ਹੈਗੀ। ਜਿਹੜੇ ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।